ਤੁਹਾਡਾ ਤਾਂ ਪੁਲਿਸ ਨਾਲ ਪੁਰਾਣਾ ਵਾਅ ਸੀ, ਤੁਹਾਨੂੰ ਉਸ ਵੇਲੇ ਨਹੀਂ ਕਿਤੇ ਮਨ 'ਚ ਆਇਆ ਮਾੜਾ ਮੋਟਾ ਕਿ ਯਾਰ ਭਾਵੇਂ ਲਿਖਤੀ ਰੂਪ 'ਚ ਕਰ ਤਾਂ ਰਹੇ ਆ ਸਾਡੇ ਨਾਲ ਕੌਲ ਕਰਾਰ, ਕਿਤੇ ਇਹ ਨਾ ਹੋਵੇ ਕੱਲ੍ਹ ਨੂੰ ਪਲਟੀ ਮਾਰ ਜਾਣ? ਮੈਨੂੰ ਇਹ ਸੀ ਮੈਂ ਕਿਵੇਂ ਮੁੱਕਰ ਜਾਣਗੇ, ਚਾਰ ਸਰਕਾਰ ਦੇ ਅਧਿਕਾਰੀ ਨੇ, ਡੀ ਜੀ ਪੀ ਤੋਂ ਲੈ ਕੇ ਏ ਡੀ ਜੀ, ਵੱਡੇ ਅਧਿਕਾਰੀ, ਕੋਈ ਸਾਡੇ ਨਾਲ ਥਾਣੇ ਦਾ ਮੁਨਸ਼ੀ ਜਾਂ ਥਾਣੇ ਦਾ ਐਸ ਐਚ ਓ ਨਹੀਂ ਸਾਡੇ ਨਾਲ ਸਮਝੌਤਾ ਕਰ ਰਿਹਾ, ਵੱਡੇ ਅਧਿਕਾਰੀ ਨੇ ਜਿਨ੍ਹਾਂ ਨੇ ਪੰਜਾਬ ਚਲਾਉਣਾ, ਉਹ ਅਧਿਕਾਰੀ ਸਰਕਾਰ ਵੱਲੋਂ ਆਏ ਨੇ ਚੱਲ ਕੇ, ਤਾਂ ਭੱਜ ਕਿਵੇਂ ਜਾਣਗੇ ਸਮਝੌਤੇ ਤੋਂ, ਜਵਾਨ ਤੋਂ ਕਿਵੇਂ ਫਿਰ ਜਾਣਗੇ? ਪਰ ਹੈਰਾਨੀ ਦੀ ਗੱਲ ਹੈ ਯਾਰ, ਸਾਡੇ 'ਤੇ ਚੱਕ ਕੇ ਇਰਾਦਾ ਕਤਲ ਦਾ ਪਰਚਾ, ਪਰਿਵਾਰ 'ਤੇ ਜਿਹੜੇ ਕੋਈ ਵੀਡੀਓ ਬਣਾ ਲਏ ਯੂਟਿਊਬਰ ਸੀ ਉਹਨਾਂ ਦੇ ਪਰਚਾ ਦੇਤਾ, ਡੀ ਆਈ ਜੀ ਭੁੱਲਰ ਨੇ ਪਟਿਆਲੇ ਭਾਨੇ ਦੇ ਪਰਿਵਾਰ ਦੇ ਮੈਂਬਰ ਬੁਲਾ ਲਏ, ਕੁਛ ਬੰਦੇ ਪਿੰਡ 'ਚੋਂ ਮੋਤਬਰ ਬੰਦੇ ਬੁਲਾ ਲਏ, ਤੁਸੀਂ ਜੀ ਜ਼ਮਾਨਤ ਕਰਾ ਲਓ, ਵਕਾਲਤਨਾਮਾ ਦੇ ਦਿਓ। ਤੁਹਾਡੇ ਕੋਲ ਤਾਂ ਕਹਿ ਰਹੇ ਸੀ ਕਿ ਬਿਨਾਂ ਜ਼ਮਾਨਤ ਆਊਗਾ, ਲਿਖਤੀ ਦੇਈ ਬੈਠੇ ਆ, ਬੋਲ ਕੇ ਗਏ ਆ ਦੂਜੇ ਪਾਸੇ ਪਰਿਵਾਰ ਨੂੰ, ਜਾਣੇ ਟੋ ਟੋ ਕੇ ਦੇਖਦੇ ਆ, ਡੁੱਡ ਪਾੜਦੇ ਆ ਬੰਦਿਆਂ ਨੂੰ, ਹੁਣ ਇੱਥੇ ਮੁੰਡੇ ਨੂੰ ਬੁਲਾ ਲੈਂਦੇ ਕੋਈ ਸੱਚੋ ਫੋਨ ਕਰਦਾ ਥਾਣੇ 'ਚ, ਯਾਰ ਥਾਣੇ ਆ ਕੇ ਜਾਈ, ਉਹ ਵਗ ਜਾਂਦਾ ਅਗਲਾ, ਤੇਰੇ ਨਾਨਕੇ ਕਿੱਥੇ ਆ, ਕਿੰਨੀਆਂ ਭੂਆ ਕਿੱਥੇ ਪੈਂਗੀਆਂ, ਕਿੰਨੀਆਂ ਮਾਸੀਆਂ ਕਿੱਥੇ ਪੈਂਗੀਆਂ, ਉਹ ਸਾਰਾ ਲਿਖਣ ਲੱਗ ਗਏ, ਜਿਹੜੇ ਡਰਾ ਰਹੇ ਨੇ, ਜਿਵੇਂ ਦਹਿਸ਼ਤ ਪਾਈ ਸੀ ਨਾ ਜਦੋਂ NSA ਲਾਈ ਹੈ, ਡਰ ਬਣਾਇਆ ਲੋਕਾਂ 'ਚ, ਲੋਕਾਂ ਨੂੰ ਘਰਾਂ 'ਚ ਤਾੜਤਾ, ਉਹੀ ਡਰ ਹੁਣ ਬਣਾ ਰਹੀ ਹੈ। ਪਰ ਮੈਂ ਤੁਹਾਡੇ ਰਾਹੀਂ ਕਹਿਣਾ ਚਾਹੁੰਦਾ, ਪੰਜਾਬ ਦੇ ਲੋਕਾਂ ਨੂੰ ਵੀ ਡਰੋ ਨਾ, ਜੇ ਡਰ ਕੇ ਉਹ ਡਰਨ ਦਾ ਵੇਲਾ ਨਹੀਂ, ਘਰਾਂ ਤੋਂ ਨਿਕਲੋ। ਉੱਦਣ ਵੀ ਕਈ ਲੋਕ ਕਹਿ ਰਹੇ ਸੀ, ਅਸੀਂ ਵੀ ਜਦੋਂ ਕਵਰੇਜ ਕਰ ਰਹੇ ਸੀ ਉਦੋਂ ਅਸੀਂ ਵੀ ਮੌਜੂਦ ਸੀ, ਕਈ ਲੋਕ ਕਹਿੰਦੇ ਕਿ ਲੱਖਾ ਸਿਧਾਣਾ ਜਿਹੜੀ ਅਨਾਊਂਸਮੈਂਟ ਕਰ ਰਿਹਾ ਨਾ, ਸਾਨੂੰ ਆਇਆ ਕਿ ਪੁਲਿਸ ਨਾ ਬਦਲ ਜਾਵੇ, ਇਹ ਯਕੀਨ ਨਹੀਂ ਇਹਨਾਂ 'ਤੇ ਕੀਤਾ ਜਾ ਸਕਦਾ। ਕਹਿੰਦੇ ਸਾਡਾ ਮਨ ਮੰਨਦਾ ਨਹੀਂ ਇੱਥੋਂ ਜਾਣ ਨੂੰ, ਕਿਉਂਕਿ ਅਸੀਂ ਆ ਗਏ ਹੁਣ ਤਾਂ ਛੁਡਵਾ ਕੇ ਜਾਈਏ ਬਾਹਰ। ਪਰ ਕਹਿੰਦੇ ਕੁਝ ਲੋਕ ਉੱਥੇ ਸਹਿਮਤ ਸੀ, ਕੁਝ ਅਸਹਿਮਤ ਵੀ ਸੀ। ਅਸੀਂ ਪਹਿਲੀ ਗੱਲ ਤਾਂ ਵੀਰ ਮੇਰੇ, ਮੇਰੀ ਇਕੱਲੇ ਦੀ ਸਹਿਮਤੀ ਨਹੀਂ ਸੀ, ਅਗਵਾਈ ਕਰ ਰਹੀਆਂ ਸਾਰੀਆਂ ਕਿਸਾਨ ਧਿਰਾਂ ਦੀ ਸਹਿਮਤੀ ਹੋਈ ਹੈ, ਮੈਂ ਇਕੱਲਾ ਨਹੀਂ, ਸਾਰਿਆਂ ਦੇ ਦਸਖਤ ਹੈ, ਸਾਰਿਆਂ ਦੀ ਮੀਟਿੰਗ ਨਾਲ ਹੋਈ ਹੈ। ਮੈਨੂੰ 10 ਵਾਰੀ ਉੱਥੇ ਅਧਿਕਾਰੀਆਂ ਨੇ, ADGP ਨੇ ਬੁਲਾਇਆ, ਤੁਸੀਂ ਗੱਲ ਕਰੋ ਜੀ, ਮੈਂ ਕਿਹਾ ਨਹੀਂ ਜੀ, ਸਾਡੇ ਹਲੇ ਦੋ ਆਗੂ ਸੁਰਜੀਤ ਫੂਲ ਅਤੇ ਕਾਕਾ ਕੋਰੜਾ ਪਿੱਛੇ ਆ, ਆ ਜਾਣ ਦਿਓ। ਅਸੀਂ ਸਾਡੇ ਨਾਲ 3 ਵਜੇ ਦੇ ਉੱਥੇ ਲੱਗੇ ਗੱਲ ਕਰਨ, 4 ਵਜੇ ਦੇ, ਉਹ ਆਇਆ 6:30 ਵਜੇ, ਇੱਥੋਂ ਚੱਲ ਕੇ ਗਏ ਆਰਾਮਪੁਰ, ਬਿਲਕੁਲ ਉਹ ਆਏ ਜਦੋਂ ਅਸੀਂ, ਮੈਂ ਫਿਰ ਕਿਹਾ, ਮੈਂ ਕਿਹਾ ਵੀ ਹੁਣ ਸਾਡੀ ਮੀਟਿੰਗ ਹੋਊ, ਫਿਰ ਅਸੀਂ ਉਹ ਸਾਂਝੀ ਰਾਏ ਬਣੂ, ਉਹ ਫੈਸਲਾ ਅਸੀਂ ਲਵਾਂਗੇ। ਮੈਂ ਇਕੱਲਾ ਕੋਈ ਫੈਸਲਾ ਨਹੀਂ ਲੈਂਦਾ, ਨਾ ਮੇਰਾ ਇਕੱਲੇ ਦਾ ਫੈਸਲਾ ਸੀ, ਨਾ ਮੈਂ ਥੋਪਿਆ, ਜੋ ਸਾਂਝਾ ਫੈਸਲਾ ਬਣਿਆ ਉਹਦੇ ਉੱਤੇ ਚਲੋ ਸਾਰਿਆਂ ਨੇ ਸੋਚਿਆ ਵੀ ਚਲੋ ਠੀਕ ਆ ਯਾਰ, ਜੇ ਆਪਾਂ ਤੋਂ 5-4 ਦਿਨ ਦਾ ਸਮਾਂ ਮੰਗਦੇ ਆ ਵੀ ਅਸੀਂ ਪੜਤਾਲ ਕਰਕੇ ਛੱਡ ਦਿਆਂਗੇ, ਐਡੇ ਅਧਿਕਾਰੀ, 4 ਵੱਡੇ ਅਧਿਕਾਰੀ ਸਮਾਂ ਮੰਗ ਰਹੇ ਆ ਸਰਕਾਰ ਵੱਲੋਂ ਆਇਆ, ਤਾਂ ਦੇ ਦੇਣਾ ਚਾਹੀਦਾ। ਕੱਲ੍ਹ ਨੂੰ ਇਹ ਇਹਨਾਂ ਨੂੰ ਬਹਾਨਾ ਮਿਲ ਜੇ ਵੀ ਅਸੀਂ ਸਮਾਂ ਮੰਗਦੇ ਸੀਗੇ, ਅਤੇ ਇਹਨਾਂ ਨੇ ਜਾਣ ਕੇ ਮਾਹੌਲ ਖਰਾਬ ਕੀਤਾ, ਟਕਰਾਅ ਕਰਾਤਾ ਲੋਕਾਂ ਦੇ ਪੁੱਤ ਫਸਾ ਇੱਥੇ ਖੜੇ ਆ, ਜਿਹੜੀ ਘੜੀ 'ਤੇ ਅੱਜ ਖੜੇ ਆ, ਪਰਚਾ ਹੋਰ ਹੋ ਗਿਆ ਨਾਲ ਤੁਹਾਡਾ ਨਾਂ, ਨਾਲ ਹੋਰ ਕਈਆਂ ਦਾ ਨਾਂ, ਹੁਣ ਲੱਗਦਾ ਮਹਿਸੂਸ ਹੁੰਦਾ ਕਿ ਭਾਨਾ ਸਿੱਧੂ 10 ਤਰੀਕ ਨੂੰ ਬਾਹਰ ਆ ਰਿਹਾ ਕਿ ਨਹੀਂ ਆ ਰਿਹਾ? ਦੇਖੋ ਅਸੀਂ 10 ਤੋਂ ਪਹਿਲਾਂ, ਅਸੀਂ ਹਾਲੇ ਵੀ ਆਪਣੀ ਜ਼ਬਾਨ 'ਤੇ ਖੜੇ ਹਾਂ, ਜਿਹੜੀ ਲੋਕਾਂ ਨੂੰ ਅਸੀਂ ਜ਼ਬਾਨ ਦਿੱਤੀ ਹੈ, ਅਸੀਂ ਦੇਖਦੇ ਹਾਂ ਜ਼ਬਾਨ 'ਤੇ ਖੜਦੇ ਆ ਕਿ ਨਹੀਂ ਖੜਦੇ, ਨਾ ਖੜਨਗੇ ਤਾਂ ਉਹਦੇ ਲੋਕਾਂ ਨੂੰ ਸੱਦਾ ਮਾਰਾਂਗੇ, ਉਹਦੇ ਫਿਰ ਪੂਰਾ ਪੰਜਾਬ ਜਾਮ ਹੋਣਾ ਚਾਹੀਦਾ, ਉਹਦੇ ਨਾ ਮੇਰਾ ਵੀਰ ਘਰੇ ਬੈਠੋ। ਦੇਖੋ ਆਪਾਂ ਜੇ ਕਿਤੇ, ਮੈਂ ਵਾਰ ਵਾਰ ਬੋਲਦਾ, ਜਿੱਦੇ ਮੂਸੇਵਾਲਾ ਦੀ ਮੌਤ ਹੋਈ ਆ ਨਾ, ਘਰੇ ਲਾਸ਼ ਪਈ ਸੀ, ਅਤੇ ਮੇਰੇ ਅੱਜ ਦੀ ਉੱਥੇ ਸੁਣ ਲਓ, ਮੇਰੀ ਵੀਡੀਓ ਅੱਜ ਵੀ ਪਈ ਆ, ਮੈਂ ਬੋਲਿਆ ਸੀ, ਮੈਂ ਕਿਹਾ ਇਹ ਆਮ ਕਤਲ ਨਹੀਂ, ਸਟੇਟ ਦਾ ਕਰਾਇਆ ਹੋਇਆ ਕਤਲ ਆ, ਉੱਠ ਖੜੋ ਪੰਜਾਬ ਦੇ ਲੋਕੋ, ਆਪਾਂ ਸੜਕਾਂ 'ਤੇ ਆ ਗਏ ਨਾ ਸੰਸਕਾਰ ਕਰ ਗਏ। ਚਲੋ ਉਹਦਾ ਵਿਚਾਰੇ ਪਰਿਵਾਰ ਦੇ ਰਹਿ ਸੀ, ਸਾਨ ਮਾਰੇ ਹੋਏ ਸੀ ਉਹਦੇ ਪਿਓ ਜਾਂ ਮਾਂ ਦੇ, ਹੈ ਨਾ, ਜਿਹੜੇ ਉੱਥੇ ਬੰਦਿਆਂ ਨੇ ਰਾਜਨੀਤੀ ਕਰਕੇ ਸੰਸਕਾਰ ਕਰਾਤਾ, ਉਹਦੇ ਹੀ ਚੁੱਪ ਕਰ ਗਏ। ਫਿਰ NSA ਲੱਗੀ ਮੁੰਡਿਆਂ 'ਤੇ, ਡਿਬਰੂਗੜ੍ਹ ਸਿੱਟੇ ਗਏ, ਉਹਦੇ ਡਰ ਕੇ ਅਸੀਂ ਘਰਾਂ 'ਚ ਵੜ ਗਏ, ਹਰੀਕੇ ਪੱਤਨ ਧਰਨਾ ਲੱਗਿਆ ਸੀਗਾ, ਇੰਨੇ ਕੁੱਟੇ ਆ ਪੁਲਿਸ ਨੇ ਬੰਦੇ, ਗੱਡੀਆਂ ਪਲਟਾਤੀਆਂ, ਭੰਨਤੀਆਂ, ਵਿੱਚੋਂ ਪਾੜਤੀਆਂ ਸ਼ੀਟਾਂ, ਗੇਅਰ ਪੱਟਤੇ, ਸਟੇਅਰਿੰਗ ਤੋੜਤੇ, ਲੋਕਾਂ ਦੇ ਲੱਖ ਰੁਪਏ ਦੇ ਮੋਬਾਈਲ ਖੋਹ ਕੇ ਦਰਿਆ ਸਿੱਟੇ ਉੱਥੇ, 307 ਦੇ ਪਰਚੇ ਦਿੱਤੇ, 3-3 ਮਹੀਨੇ ਅੰਦਰ ਲਵਾਏ, ਗਾਂ ਠੰਡ 'ਤੇ ਲਿਜਾ ਕੇ ਜਲੀਲ ਵੀ ਕੀਤੇ, ਕੁੱਟੇ, ਡਾਂਗਾਂ ਵੀ ਮਾਰੀਆਂ, ਮੈਂ ਉਦੋਂ ਵੀ ਰੌਲਾ ਪਿਆ ਸੀ, ਉੱਠ ਖੜੋ, ਇਹ ਡਰ ਦਹਿਸ਼ਤ ਤੋੜ ਦਿਓ।
ਇਹ ਗੱਲ ਤੁਹਾਡੇ ਘਰਾਂ ਤੱਕ ਆਉਣੀ ਹੈ, ਘਰਾਂ ਨੂੰ ਪੈਣਗੇ। ਅਸੀਂ ਉੱਦੇ ਵੀ ਡਰ ਕੇ ਘਰਾਂ ਦੇ ਕੁੰਡੇ ਲਾ ਲਏ, ਅਸੀਂ ਭਾਨੇ ਵੇਲੇ ਵੀ ਠੀਕ ਆ ਨਿਕਲੇ ਹਾਂ, ਪਰ ਉਵੇਂ ਨਹੀਂ ਨਿਕਲੇ। ਭਾਨੇ ਤੋਂ ਗੱਲ ਅੱਗੇ ਵੱਧ ਗਈ। ਇਹ ਮੁੱਖ ਮੰਤਰੀ ਕਹਿੰਦਾ ਸੀ ਨਾ, ਚਾਰ ਦਿਨ ਪਹਿਲਾਂ ਤਿੰਨ ਦਿਨ ਪਹਿਲਾਂ ਦਾ ਬਿਆਨ ਆ ਕਿ ਜੀ ਅਸੀਂ, ਸਾਡਾ ਪੰਜਾਬ ਦਾ ਕੋਈ ਵੀ ਨੌਜਵਾਨ ਕਿਸੇ ਝੂਠੇ ਮੁਕੱਦਮੇ 'ਚ ਅੰਦਰ ਨਹੀਂ ਜਾਊਗਾ। ਜੇਲ੍ਹਾਂ ਦਾ ਪਹਿਲੇ ਫੁੱਲ ਨੱਕੋ ਨੱਕ ਭਰੀਆਂ ਪਈਆਂ ਨੇ, ਅਜੇ ਤਾਂ ਬੰਦੇ ਛੱਡਣ ਦੀ ਤਿਆਰੀ ਕਰ ਰਹੇ ਹਾਂ। ਹੁਣ ਇਹ ਉਸ ਬੁੱਚੜਪੁਣੇ 'ਤੇ ਆ ਗਿਆ ਵੀ ਇਹ ਹੁਣ, ਮੈਨੂੰ ਲੱਗਦਾ ਤੂੰ ਬੀਬੀਆਂ ਪਹਿਲਾ ਬੰਦਾ ਹੋਣਾ, ਮੈਨੂੰ ਲੱਗਦਾ ਪਿਛਲੇ ਮੁੱਖ ਮੰਤਰੀਆਂ ਦੋ ਤਿੰਨ ਦੇ ਇਤਿਹਾਸ ਦੇ ਵਿੱਚ, ਕਿ ਜਿਹੜਾ ਕਿਸੇ ਬੀਬੀ ਦੇ ਉੱਤੇ ਕੁੜੀਆਂ 'ਤੇ ਪਰਚੇ ਕਰਾਉਣ 'ਤੇ ਆ ਗਿਆ, ਉਹ ਵੀ 307 ਰਾਦਾ ਕਤਲ ਦੇ, ਉਹ ਵੀ ਉਸ ਕੁੜੀਆਂ ਦੇ ਉੱਤੇ ਜਿਹੜੀਆਂ ਕੁੜੀਆਂ ਕੋਈ ਘਰ ਬੈਠੀ ਸੀ, ਜਿਹੜੀ ਕੁੜੀ ਕੋਈ ਸਰਕਾਰੀ ਸਕੂਲ ਟੀਚਰ ਲੱਗੇ ਉਹਦੀ ਹਾਜ਼ਰੀ ਉੱਥੇ ਲੱਗੀ ਹੋਵੇ, ਇਹ ਪਹਿਲਾ ਬੰਦਾ ਹੈ। ਹੁਣ ਭਾਈ ਭਾਂਸਿਆਂ ਤੂੰ ਐਂ ਕਰ, ਤੂੰ ਜੇਲ੍ਹਾਂ ਬੰਦਿਆਂ ਵਾਲੀਆਂ ਛੱਡ, ਬੁੜੀਆਂ ਵਾਲੀਆਂ ਬੀਬੀਆਂ ਵਾਲਾ ਵੀ ਹੋਰ ਵਧਾ, ਕਿਉਂਕਿ ਤੂੰ ਚੱਲਦਾ ਪਿਆ ਹੀ ਇਹ ਰਾਹ ਦੇ ਉੱਤੇ, ਤੂੰ ਚੱਲਣਾ ਹੀ ਹੈ। ਅੱਜ ਹੀ ਮੈਂ ਖਬਰ ਪੜ੍ਹ ਰਿਹਾ ਸੀ, ਅੱਜ ਹੀ ਕਿਸੇ ਮੁੰਡੇ ਦੇ ਪੈਰ 'ਚ ਗੋਲੀ ਮਾਰੀ ਗਈ ਹੈ। ਝੂਠੇ ਮੁਕਾਬਲਿਆਂ ਦਾ ਦੌਰ ਜਿਹੜਾ ਉਹ ਸ਼ੁਰੂ ਕਰਤਾ ਇਹਨੇ, ਗੈਂਗਸਟਰਾਂ ਨੂੰ ਮਾਰਨਾ ਸ਼ੁਰੂ ਕਰਤਾ, ਕਹਿ ਕੇ ਗੈਂਗਸਟਰ ਕਹਿ ਕੇ, ਜੀਰੇ ਮੁੰਡੇ ਦਾ ਕਤਲ ਹੋਇਆ ਗੈਂਗਸਟਰ ਕਹਿ ਕੇ ਮਾਰਿਆ, ਇੱਕ ਵੀ 751 ਦੀ ਕੋਈ ਦਰਖਾਸਤ ਨਹੀਂ ਉਹਦੇ ਖਿਲਾਫ਼, ਉਹਨੂੰ ਵੀ ਗੈਂਗਸਟਰ ਕਹਿ ਕੇ ਮਾਰਤਾ।